दोस्तों करनाल विखे धरने अज दूजे दिन शामिल हो चुके हैं। कल शाम जोगिंदर यादव, बलदेव सिंह सिरसा, बलवीर सिंह राजेवाल, जगजीत सिंह डल्लेवाल सब इत्थे सी। हुण वी जोगिंदर यादव बलदेव सिंह सिरसा इत्थे मौजूद है। इस वक्त जिहड़ा है धरना डीसी करनाल के खिलाफ चल रहा है, क्योंकि कल जी मीटिंग हुई सी जिस दे विच मंग रखी गई सी एसडीएम नू सस्पेंड करन दी, एसडीएम ते कार्रवाई करन दी, 302 दा परचा देन दी। जदों मंगी मन्नी नहीं गई तां उस तों बाद इह सब प्रदर्शन चलिया। सारी रात किसानों ने सड़कों पर कट्टी है, सड़कों पर पै रहे हैं प्रबंध, प्रशासन के जिहड़े प्रबंध जिहड़े पूरे किए हुए सी किसानों नू रोकण दे लई, पर प्रबंधां नू तोड़िया। सारी रात सड़कों से कट्टण तो बाद हुण फिर मोर्चे के उत्ते डट चुके हैं किसान, और उसके अंदर अगर अनुशासन हीनता दे मोर्चे के उत्ते डटे किसानों दीआं, उसके अंदर अगर ये उही किसान ने जिहड़े नौ महीने तो दिल्ली के बार्डर से बैठे है, तो हुण इस वक्त करनाल विखे मुड़ तो मोर्चा लगाई बैठे है, मुड़ तो मोर्चा चला रहे हैं। मोर्चा इसके लिए है कि जिहड़ी पिछले दिनी करनाल दे विच डांग वढ़ाई गई सी किसानों के उत्ते, ओदा जिहड़ा ओदे बारे है कि वह क्यों बिना गल तो किसानों के उत्ते एडा भैड़ा शब्द ढाया जाना। इसके रोस के धरना सी, कुछ मंगा सी प्रशासन तो जिहड़ियां प्रशासन ने नहीं मंगिया गई, प्रशासन तो मंगा दे प्रशासन तो मंगा ये जिहड़े किसान शहीद होए है, जिहड़ा किसान शहीद होया उहदे परिवार नूं मुआवजा, उहदे परिवार नूं सरकारी नौकरी, नाल ही जिहड़ा किसान जे सट्टां वज्जियां उहनां नूं मुआवजा, ते जिहड़े एसडीएम ने आर्डर किए आ सख्त आर्डर किए सी उहदे उत्ते बणदी कार्रवाई। ਤਾਂ ਤਸਵੀਰਾਂ 'ਚ ਤੁਹਾਨੂੰ ਦਿਖਾ ਦਿੰਦੇ ਹਾਂ, ਅਗਰ ਲਗਾਤਾਰ ਜਿਹੜੀਆਂ ਇਸ ਵਕਤ ਦੀਆਂ ਤਸਵੀਰਾਂ ਹੈ ਉਹ ਸਾਨੂੰ ਦਿਖਾ ਦਿੰਦੇ ਹਾਂ ਕਿ ਵੱਡੀ ਗਿਣਤੀ ਦੇ ਵਿੱਚ ਜਿਹੜੇ ਕਿਸਾਨ ਇਸ ਵਕਤ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕਰ ਰਹੇ ਹੈ, ਸਰਕਾਰ ਖਿਲਾਫ਼ ਕਿਸਾਨਾਂ ਦਾ ਜਿਹੜਾ ਉਹ ਗੁੱਸਾ ਬਰਕਰਾਰ ਹੈ। ਖੱਟਰ ਸਰਕਾਰ ਦੇ ਉੱਤੇ ਲਗਾਤਾਰ ਵਾਰ ਕੀਤੇ ਜਾ ਰਹੇ ਹੈ, ਕਿਉਂਕਿ ਖੱਟਰ ਸਰਕਾਰ ਹੀ ਤਾਨਾਸ਼ਾਹੀ ਰਵੱਈਆ ਅਪਣਾਇਆ ਹੋਇਆ, ਜਿਸ ਦੇ ਕਾਰਨ ਕਿਸਾਨਾਂ ਨੂੰ ਬੜੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ, ਬੜੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਕਿਸਾਨਾਂ ਨੂੰ। ਤਾਂ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਰਹੇ ਹੋ, ਪੁਲਿਸ ਹਾਲੇ ਵੀ ਪੂਰੀ ਤਿਆਰੀ ਦੇ ਵਿੱਚ ਹੈ, ਵੱਡੀ ਗਿਣਤੀ ਦੇ ਵਿੱਚ ਪਹੁੰਚਾਈ ਹੈ, ਪਰ ਕਿਸਾਨ ਵੀ ਕਹਿੰਦੇ ਆ ਕਿ ਅਸੀਂ ਵੀ ਪੂਰੀ ਤਿਆਰੀ ਦੇ ਵਿੱਚ ਹਾਂ, ਅਸੀਂ ਵੀ ਕਿਸੇ ਚੀਜ਼ ਦੀ ਕੋਈ ਪਰਵਾਹ ਨਹੀਂ ਕਰਾਂਗੇ। ਤਾਂ ਅੱਜ ਧਰਨੇ ਨੂੰ ਦੂਜੇ ਦਿਨ ਦੇ ਵਿੱਚ ਦਾਖਲ ਹੋ ਚੁੱਕਿਆ, ਪਹਿਲਾਂ ਕੱਲ੍ਹ ਕਿਸਾਨ ਮਹਾਂਪੰਚਾਇਤ ਸੀ, ਕਿਸਾਨ ਮਹਾਂਪੰਚਾਇਤ ਤੋਂ ਬਾਅਦ ਰੁੱਖ ਮਿੰਨੀ ਸਕੱਤਰ ਵੱਲ ਕਰ ਲਿਆ ਕਿਸਾਨਾਂ ਨੇ। ਤਾਂ ਮਿੰਨੀ ਸਕੱਤਰ ਦੇ ਵਿੱਚ ਜਿਹੜਾ ਧਰਨਾ ਚੱਲਿਆ, ਮਿੰਨੀ ਸਕੱਤਰ ਦੇ ਵਿੱਚ ਧਰਨਾ ਚੱਲਣ ਤੋਂ ਬਾਅਦ ਹੁਣ ਲਗਾਤਾਰ ਦੂਜੇ ਦਿਨ ਦੇ ਵਿੱਚ ਸ਼ਾਮਿਲ ਹੋਇਆ ਕਿਸਾਨ ਆਗੂ ਜਗਿੰਦਰ ਯਾਦਵ ਮੌਜੂਦ ਆ, ਇੱਥੇ ਵੱਡੇ ਵੱਡੇ ਆਗੂ ਪਹੁੰਚੇ ਹੋਏ ਆ, ਵੱਡੇ ਵੱਡੇ ਆਗੂ ਪਹੁੰਚੇ ਹੋਏ ਆ, ਤਾਂ ਉਹ ਆਗੂ ਵੀ ਲੋਕਾਂ ਨੂੰ ਸੰਬੋਧਨ ਕਰਨਗੇ, ਅਗਲਾ ਪਲਾਨ ਦੇਣਗੇ। ਪ੍ਰਸ਼ਾਸਨ ਨਾਲ ਹਾਲੇ ਤੱਕ ਆ ਜਿਹੜੀ ਗੱਲਬਾਤ ਆ ਜਿਹੜੀ ਉਹ ਨਹੀਂ ਹੋਈ ਹੋਈ। ਤਾਂ ਤਸਵੀਰਾਂ ਤੁਸੀਂ ਦੇਖ ਰਹੇ ਹੋ, ਇਹ ਕਿਸਾਨ ਇੱਥੇ ਲਗਾਤਾਰ ਡਟੇ ਹੋਏ ਆ, ਵੱਡੀ ਗਿਣਤੀ ਦੇ ਵਿੱਚ ਹਰਿਆਣਾ ਦਾ ਕਿਸਾਨ ਇਸ ਮੋਰਚੇ ਨੂੰ ਸੰਭਾਲ ਲਿਆ। ਕਰਨਾਲ ਕਿਹਾ ਜਾਂਦਾ ਕਿ ਉਹ ਜ਼ਿਲ੍ਹਾ ਹੈ ਜਿਹੜਾ ਜਿੱਥੇ ਮਰੋਰ ਲਾਲ ਖੱਟਰ ਦਾ ਖੁਦ ਦਾ ਜ਼ਿਲ੍ਹਾ ਹੈ, ਪਰ ਇੱਥੇ ਕਿਸਾਨਾਂ ਦਾ ਧਰਨੇ 'ਤੇ ਬੈਠਣਾ ਕਿਤੇ ਨਾ ਕਿਤੇ ਸਰਕਾਰ 'ਤੇ ਸਵਾਲ ਖੜ੍ਹੇ ਕਰਦਾ ਹੈ ਕਿ ਸਰਕਾਰ ਆ ਜਿਹੜੀ ਉਹ ਕਿਸਾਨਾਂ ਪ੍ਰਤੀ ਕਿਸੇ ਵੀ ਤਰੀਕੇ ਦੇ ਨਾਲ ਸੰਜੀਦਾ ਨਹੀਂ ਹੈ। ਕਿਸਾਨਾਂ ਦੇ ਉੱਤੇ ਲਾਠੀਚਾਰਜ ਕੀਤਾ ਜਾਣਾ, ਉਸ ਤੋਂ ਬਾਅਦ ਕਿਸਾਨਾਂ ਦੀ ਗੱਲਬਾਤ ਨਾ ਸੁਣੀ ਜਾਣੀ, ਅਤੇ ਸਰਕਾਰ 'ਤੇ ਸਵਾਲ ਆ ਜਿਹੜੇ ਉਹ ਖੜ੍ਹੇ ਕਰਦਾ। ਤਾਂ ਤਸਵੀਰਾਂ ਮੁੜ ਤੋਂ ਫਿਰ ਇੱਕ ਵਾਰ ਦਿਖਾ ਦਿੰਦੇ ਹਾਂ ਕਿ ਇਹ ਇਸ ਵਕਤ ਦੀਆਂ ਤਸਵੀਰਾਂ ਹੈ, ਸਵੇਰ ਦੀਆਂ ਤਸਵੀਰਾਂ ਹੈ, ਰਾਤ ਦੀਆਂ ਤਸਵੀਰਾਂ ਵੀ ਤੁਹਾਨੂੰ ਦਿਖਾਈਆਂ ਸੀ। ਰਾਤ ਸੜਕਾਂ 'ਤੇ ਬਹਿ ਕੇ ਕੱਟੀ, ਮੱਛਰ ਦੇ ਵਿੱਚ ਬਹਿ ਕੇ ਕੱਟੀ, ਬੁਰਾ ਹਾਲ ਹੈ ਕਿਸਾਨਾਂ ਦਾ, ਪਰ ਕਿਸਾਨ ਆਪਣੇ ਜਿਹੜੇ ਹੌਸਲੇ ਆ ਉਹ ਉਸੇ ਤਰੀਕੇ ਨਾਲ ਬੁਲੰਦ ਰੱਖ ਕੇ ਮੋਰਚਾ ਲੜ ਰਹੇ ਆ, ਮੋਰਚੇ 'ਤੇ ਡਟੇ ਹੋਏ ਆ। ਨੌਜਵਾਨ ਵੱਡੀ ਗਿਣਤੀ ਦੇ ਵਿੱਚ ਹੈ, ਕਿਸਾਨ ਜਿਹੜੇ ਜਵਾਨ ਵੱਡੀ ਦੀ ਗਿਣਤੀ ਦੇ ਵਿੱਚ ਹੈ, ਬਜ਼ੁਰਗ ਵੱਡੀ ਗਿਣਤੀ ਦੇ ਵਿੱਚ ਹੈ। ਤਾਂ ਇਹ ਤਸਵੀਰਾਂ ਇਸ ਵਕਤ ਦੀਆਂ, ਇਹ ਤਸਵੀਰਾਂ ਇਹ ਬਿਆਨ ਕਰਦੀਆਂ ਕਿ ਦੇਸ਼ ਦਾ ਅੰਨਦਾਤਾ, ਜਿਸ ਨੂੰ ਅੰਨਦਾਤਾ ਕਿਹਾ ਜਾਂਦਾ, ਉਹ ਸੜਕਾਂ 'ਤੇ ਰੋਲਣ ਨੂੰ ਮਜਬੂਰ ਹੈ, ਉਸਦੀ ਬਾਤ ਨਹੀਂ ਸੁਣੀ ਜਾਂਦੀ, ਉਸਦਾ ਦਰਦ ਨਹੀਂ ਸਮਝਿਆ ਜਾਂਦਾ, ਉਹਨੂੰ ਆਪਣੇ ਆਪ ਦੇ ਜਿਹੜੇ ਜ਼ਰੂਰੀ ਮੰਗਾਂ, ਜਿਹੜੀਆਂ ਜ਼ਰੂਰੀ ਗੱਲਾਂ, ਉਹਨਾਂ ਨੂੰ ਪਗਾਉਣ ਦੇ ਲਈ ਸੜਕਾਂ ਦੇ ਉੱਤੇ ਰੋਲਣਾ ਪੈਂਦਾ।
एक पासे जय जवान जय किसान दे नारे लगते हैं देश के विच ते दूजे पासे जिहड़ा किसान है उसनूं सड़कां ते रोलना पैंदा तां की हालत हुंदी होवेगी की उसदे दिल ते बीता होवेगा तां इह स्पष्ट दिखाई दे रहा लगातार किसान एकता दे नारे लग रहे हैं केंद्र विरोधी ते खट्टर सरकार विरोधी भी नारे साल दी हाल लगाए जा रहे हैं तस्वीर इस वक्त दियां तुहानूं लगातार दिखा रहे हैं तस्वीर सवेर दियां जिथे किसान अपने मोर्चे के उत्ते डटे हुए है किसानों का हौसला उस तरीके बुलंद है जिमें जिमें दिन चढ़ता जाता तो इकट्ठ बदना शुरू हो चुका है वही गिनती के किसान बाहरों धरने के शामिल होने आ रहे हैं अच्छे साड़ी गल हुई है संयुक्त मोर्चे के आगुआ तो वह कहें कि जेकर लोड़ पई तो होर वड्डी काल दे के इत्थे वड्डा इकट्ठ कर दिता जाएगा वड्डा इकट्ठ किया जाएगा जिसके नाल सरकार को सख्त सुनेहा दिता जाएगा सख्त सुनेहा दे के सरकार को यह दसा जाएगा कि जेकर तुसी साडियां जायज मंगां नहीं मनणियां तीन कानूनों ते गल सी तीन कानूनों ते तुसी नहीं गल कर रहे लाठीचार्ज डंगा भरा रहे हो तुसी देखिया कि करनाल दे विच किवें सिर पाड़े गए आए दिन किसानों से कितने ना कि डांग भरती है पंजाब के मुल्कों के यह कुछ वापरिया पर सरकार कितना कि किसान हतैशी होने के दावे तो कर दी है पर किसानों के असल मुद्दे किसानों दी गल्लां या किसानों दी मंगां मनना सरकार जिहड़ियां तैयार नहीं है कैमरा परसन हिमताल टला दे नाल मनिंदरजीत सिद्धू लोक वाइज टीवी।